23 जनवरी शाम नूं 6 बजे जी पंजाबी ते साडा शो आ रहा ते शो दा नाम हैगा सुपरस्टार नू सीजन 2 ते काफी सत श्री अकाल जी सारेयां नूं। हां जी किवें हो जी, आई होप तुसी सारे ठीक होवोगे ते वेलकम तुहाडा साडे यूट्यूब चैनल मनदीप हंगूड़ा ते। ते तुसी सोचणे होणे आ कि सवेरे सवेरे ही मिठाई वाली दुकान ते काली खलोते आ ते आपां हैगे आ कलानौर इस टाइम ते आपां अज चले आ इहनां दी भूआ दे घरे सिमरन भूआ सस कोल ते तुसी व्लॉग दे नाल मेरी भूआ सस ते इहदी भूआ ते ए मेरी मामी सस ते इहदी मामी ते उत्थे चले आ ते तुसी व्लॉग दे नाल बने रहो इसे तरह। ते इस टाइम मैं हैगा वा कलानौर, तुसी चैक कर सकते हो ये हैगा कलानौर ते आपां जाणा हैगा किहड़ा पिंड भला आपां जाणा वा चगावे पिंड जाणा आपां ते बाकी तुहाडे सारयां लई इक सरप्राइज भी आ उह इसे व्लॉग दे विच मैं दस दूंगा जदों आपां पहुंच जांगे तुहानूं दस दूंगा। दो वनडे भी दिखावांगे ते तुसी व्लॉग दे नाल बने रहो ते सरप्राइज की आ वो देखण लई व्लॉग दे नाल कंटिन्यू रहो। पहुंच गए हैं कमल दे पिंड वे जिब कली कटनी है कमल दा रे फोटोशूट कमल फोटोशूट हेलो करते वीडियो खींच दे कमल दा। हाय हेलो कस अच्छी का सारे नु शिशिक लो जी ते हाँ जी जी आपां इस टाइम हैगे आं अजनाले ते आपां मेन गल दसणी तां भुल गए जिहदे करके आपां खास करके व्लॉग बना रहे सी साडा शो आ रहा जी पंजाबी ते 23 तरीक नूं ते तुसीं सारे जाणे देखणा शामी 6 वजे 23 जनवरी शाम नूं 6 वजे जी पंजाबी ते साडा शो आ रहा ते शो दा नाम हैगा सुपरस्टार नू सीजन 2 ते काफी जाणिआं दे मैसेज आ रहे सी कि कदों आणा शो ਤੇ 23 ਜਨਵਰੀ ਸ਼ਾਮ ਨੂੰ 6 ਵਜੇ ਤੇ ਤੁਸੀਂ ਦੇਖਿਓ ਜ਼ਰੂਰ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸ਼ੋਅ ਕਿਵੇਂ ਦਾ ਲੱਗਾ ਕਿਹੜੀ ਕਿਹੜੀ ਸਾਡੇ ਕੋਲ ਗਲਤੀਆਂ ਹੋਈਆਂ ਕਿਹੜੀ ਚੀਜ਼ ਤੁਹਾਨੂੰ ਵਧੀਆ ਲੱਗੀ ਉਹਦੇ ਕਮੈਂਟ 'ਚ ਸਾਰਾ ਕੁਝ ਦੱਸਿਓ ਤੇ ਸਾਨੂੰ ਦੱਸਿਓ ਵੀ ਤੁਹਾਨੂੰ ਸ਼ੋਅ ਕਿੱਦਾਂ ਦਾ ਲੱਗਾ ਹਾਂਜੀ ਕਿੱਦਾਂ ਦਾ ਲੱਗਾ ਤੇ ਬਾਕੀ ਇੱਕ G5 ਐਪ ਵੀ ਹੈਗੀ ਆ ਉਹਦੇ ਤੇ ਵੀ ਜਾ ਕੇ ਤੁਸੀਂ ਸਾਡਾ ਸ਼ੋਅ ਦੇਖ ਸਕਦੇ ਹੋ ਤੇ ਮੈਂ ਸਾਰਿਆਂ ਨੂੰ ਲਿੰਕ ਪ੍ਰੋਵਾਈਡ ਕਰ ਦਾਂਗਾ ਜੇ ਤੁਹਾਨੂੰ ਲਿੰਕ ਨਹੀਂ ਮਿਲੂਗਾ ਮੇਰੀ ਡਿਸਕ੍ਰਿਪਸ਼ਨ 'ਚ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਹਾਂਜੀ ਜੇ ਤੁਸੀਂ ਮੰਨ ਲਓ ਜੇ ਪਰਸ ਮਤਲਬ 23 ਤਰੀਕ ਨੂੰ ਤੁਸੀਂ ਜੇ ਸ਼ੋਅ ਮਿਸ ਕਰ ਦਿੰਦੇ ਹੋ ਤੁਹਾਨੂੰ G5 ਤੇ ਜਦੋਂ ਮਰਜ਼ੀ ਤੁਸੀਂ ਸਾਡਾ ਸ਼ੋਅ ਵੇਖ ਸਕਦੇ ਹੋ ਤੇ ਤੁਸੀਂ ਪਰ ਮਿਸ ਨਾ ਕਰਿਓ ਸਾਰੇ ਜਾਣੇ ਜ਼ਰੂਰ ਦੇਖਿਓ ਕਿਉਂਕਿ ਸਪੈਸ਼ਲੀ ਵਲੌਗ ਬਣਾਇਆ ਇਸੇ ਕਰਕੇ ਕਿ ਸਾਡਾ ਸ਼ੋਅ ਆ ਰਿਹਾ ਤੇ ਦੇਖਣਾ ਨਾ ਭੁੱਲਿਓ ਇੱਕ ਵਾਰੀ ਫੇਰ ਦੱਸ ਦਿੰਦੇ ਆ ਜੀ ਪੰਜਾਬੀ ਚੈਨਲ ਤੇ ਸ਼ਾਮ ਨੂੰ 6 ਵਜੇ 23 ਜਨਵਰੀ ਨੂੰ ਮੰਡੇ ਵਾਲੇ ਦਿਨ
ਸ਼ਾਮ ਨੂੰ 6 ਵਜੇ ਦੇਖਣਾ ਨਾ ਭੁੱਲਣਾ ਸੁਪਰ ਸਟਾਰ ਨੂ ਸੀਜ਼ਨ 2 ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਸ਼ੋ ਕਿਵੇਂ ਲੱਗਾ। ਹਾਂਜੀ ਤੇ ਬਾਕੀ ਹੋਰ ਗੱਲਾਂ ਬਾਤਾਂ ਅਸੀਂ ਆਏ ਸੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸਟਾਰਟਿੰਗ 'ਚ ਵਲੌਗ 'ਚ ਵਾਂਡੇ ਆਏ ਹਾਂ ਪੰਜਾਬੀ 'ਚ ਸਿੱਧਾ ਦੱਸ ਦੇਣਾ ਮਾਝੇ ਵਾਲੀ ਭਾਸ਼ਾ 'ਚ ਕਿ ਵਾਂਡੇ ਆਏ ਹਾਂ ਹੈ ਨਾ ਅਤੇ ਬਾਕੀ ਹਾਂਜੀ ਹਾਂਜੀ ਅਤੇ ਬਾਕੀ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਵਲੌਗ ਹਾਲੇ ਮੈਂ ਖਤਮ ਨਹੀਂ ਕੀਤਾ ਸੋ ਵਲੌਗ ਦੇਖਦੇ ਰਹੋ। ਯਾਰ ਤੁਸੀਂ ਇੱਕ ਗੱਲ ਦੇਖੋ ਜਿੱਥੇ ਮੈਂ ਇਸ ਟਾਈਮ ਖੜ੍ਹਾ ਨਾ ਤੁਸੀਂ ਦੂਰ ਦੂਰ ਤੱਕ ਦੇਖ ਸਕਦੇ ਹੋ ਕਿੰਨਾ ਵੇਲ ਹੈ ਪੈਲੀਆਂ ਦਾ ਮਤਲਬ ਘਰ ਜਿਹੜਾ ਪਿੰਡ ਆ ਉਹ ਪਿੰਡ ਰਹਿ ਗਿਆ ਇੱਕ ਸਾਈਡ 'ਤੇ ਅਤੇ ਇਹ ਹੈਗਾ ਬਾਰਡਰ ਦੇ ਲਾਗੇ ਪਿੰਡ ਵਾ ਮਤਲਬ ਇਹ ਵੱਸਦੇ ਜਿੰਨੇ ਵੀ ਪਿੰਡ ਆ ਤੁਸੀਂ ਦੇਖ ਸਕਦੇ ਹੋ ਕਿੰਨੀ ਦੂਰ ਦੂਰ ਤੱਕ ਕੋਈ ਪਿੰਡ ਵੀ ਨਹੀਂ ਨਜ਼ਰ ਆ ਰਿਹਾ ਤਾਂ ਮਤਲਬ ਇੱਥੇ ਖੇਤ ਦੇਖੋ ਕਿੰਨੀ ਦੂਰ ਦੂਰ ਤੱਕ ਆ। ਹੁਣ ਸਾਡੇ ਏਰੀਏ 'ਚ ਬੰਦਾ ਚੱਲ ਜੂਗਾ ਹੈ ਨਾ ਜਦੋਂ ਆਪਣੇ ਜਿੱਦਾਂ ਮੰਨ ਲਓ ਗੁਰਦਾਸਪੁਰ ਏਰੀਆ 'ਚ ਸਾਡਾ ਏਰੀਆ ਵਾ ਉਹ ਭੀੜ ਭੜੱਕੇ ਵਾਲਾ ਅਤੇ ਇੱਥੇ ਦੇਖ ਲਓ ਯਾਰ ਇਹ ਚੀਜ਼ਾਂ ਵਧੀਆ ਲੱਗਦੀਆਂ ਜਿੱਦਾਂ ਖੁੱਲ੍ਹਾ ਆ ਮੈਦਾਨ ਹੈ ਨਾ ਖੇਤ ਹੀ ਖੇਤ ਜਿੱਧਰ ਨੂੰ ਮਰਜ਼ੀ ਨਿਗਾਹ ਮਾਰ ਲਓ ਹੈ ਨਾ ਅਤੇ ਇਹ ਅਸਲ ਪੰਜਾਬ ਅਤੇ ਹੁਣ ਸਾਡੇ ਵਾਲੀ ਸਾਈਡ ਤਾਂ ਤੁਸੀਂ ਦੇਖਿਆ ਹੋਣਾ ਉੱਥੇ ਕਿ ਮਤਲਬ ਕਿ ਲਾਗੇ ਘਰ ਹੀ ਇੰਨੇ ਸ਼ਹਿਰ ਆ ਗਏ ਹੈ ਨਾ ਅਤੇ ਜਿਹੜੇ ਇਹ ਆ ਖੇਤਰ ਇਹ ਦੇਖੋ ਤੁਸੀਂ ਕਿੰਨੇ ਖੁੱਲ੍ਹੇ ਆ ਹੈ ਨਾ ਸੋ ਮੈਂ ਅੱਜ ਵਾਲਾ ਵਲੋਗ ਇੱਥੇ ਹੀ ਐਂਡ ਕਰਦਾ ਹਾਂ ਹੈ ਨਾ ਅਤੇ ਬਸ ਇਹੀ ਦੱਸਣਾ ਸੀ ਕਿ ਸਾਡਾ ਸ਼ੋਅ ਆ ਰਿਹਾ ਹੈ ਜੀ ਪੰਜਾਬੀ 'ਤੇ ਮੰਡੇ ਨੂੰ ਆ ਰਿਹਾ 23 ਜਨਵਰੀ ਨੂੰ ਸ਼ਾਮ ਨੂੰ 6 ਵਜੇ ਅਤੇ ਡੇਟ ਨੋਟ ਕਰ ਲਓ ਇੱਕ ਵਾਰੀ ਫਿਰ ਅਤੇ ਸਾਰੇ ਜਣੇ ਜ਼ਰੂਰ ਦੇਖਿਓ ਅਤੇ ਜਿਹੜੇ ਵੀਰ ਨੇ ਸ਼ੋਅ ਨਾ ਦੇਖਿਆ ਹੋਊਗਾ ਉਹ ਕਮੈਂਟ ਕਰ ਦੇ ਕਿਉਂਕਿ ਕਈ ਵਾਰੀ ਮਿਸ ਹੋ ਜਾਂਦਾ ਹੈ ਨਾ ਜਿੱਦਾਂ ਸ਼ੋਅ ਬਟ ਤੁਸੀਂ ਮਿਸ ਨਾ ਕਰਿਓ ਜੇ ਫਿਰ ਵੀ ਮਿਸ ਹੋ ਜਾਊਗਾ ਤਾਂ ਫਿਰ ਤੁਸੀਂ ਮੈਨੂੰ ਪਰਸਨਲੀ ਕਮੈਂਟ ਵੀ ਕਰ ਸਕਦੇ ਹੋ ਅਤੇ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਵੀ ਕਰਕੇ ਪੁੱਛ ਸਕਦੇ ਹੋ ਕਿ ਭਾਅ ਜੀ ਅਸੀਂ ਸ਼ੋਅ ਨਹੀਂ ਦੇਖਿਆ। ਫਿਰ ਇੱਕ ਐਪ ਹੈਗੀ ਹੈ G5 ਐਪ ਆ ਮਤਲਬ ਪਲੇ ਸਟੋਰ ਤੋਂ ਡਾਊਨਲੋਡ ਕਰਨੀ ਪਊਗੀ ਤੁਹਾਨੂੰ ਸੋ ਉੱਥੋਂ ਡਾਊਨਲੋਡ ਕਰ ਲਿਓ ਤਾਂ ਉੱਥੋਂ ਤੁਸੀਂ ਮੇਰਾ ਸਾਰਾ ਸ਼ੋਅ ਔਨਲਾਈਨ ਦੇਖ ਸਕਦੇ ਹੋ ਅਤੇ ਬਾਕੀ ਫਿਰ ਇੱਕ ਵਾਰੀ ਕਹੂੰਗਾ ਕਿ ਯਾਰ 23 ਜਨਵਰੀ ਨੂੰ ਸ਼ਾਮ ਨੂੰ 6 ਵਜੇ ਸਾਡਾ ਸ਼ੋਅ ਦੇਖਣਾ ਨਾ ਭੁੱਲਣਾ ਸੁਪਰ ਸਟਾਰ ਨੂੰ ਸੀਜ਼ਨ 2। ਸੋ ਕਰਦਾ ਆਵਲੇ ਵਲੋਗ ਦੀ ਮੈਂ ਇੱਥੇ ਹੀ ਐਂਡਿੰਗ। ਜੇ ਵਲੋਗ ਵਧੀਆ ਲੱਗਾ ਤਾਂ ਇਹਨੂੰ ਸ਼ੇਅਰ ਕਰ ਦਿਓ ਇਹਨੂੰ ਸ਼ੇਅਰ ਇਸ ਲਈ ਕਰਿਓ ਕਿਉਂਕਿ ਇਹ ਵਲੋਗ ਮਤਲਬ ਹਰ ਇੱਕ ਬੰਦੇ ਤੱਕ ਪਹੁੰਚ ਜੂਗਾ ਮਤਲਬ ਜਿਹੜੇ ਵੀ ਆਪਾਂ ਦਾ ਸ਼ੋਅ ਦੇਖਣਾ ਚਾਹੁੰਦੇ ਆ ਹੈ ਨਾ ਸੋ ਸਾਰੇ ਦੇਖ ਲੈਣਗੇ ਆਪਣਾ ਸ਼ੋਅ ਸੋ ਇਹ ਵਲੋਗ ਨੂੰ ਕਰ ਦਿਓ ਸ਼ੇਅਰ ਅਤੇ ਇਹ ਵਾਲਾ ਵਲੋਗ ਮੈਂ ਇੱਥੇ ਹੀ ਐਂਡ ਕਰਦਾ ਹਾਂ ਸੋ ਮਿਲਦੇ ਹਾਂ ਕਿਸੇ ਨਵੇਂ ਜਿਹੇ ਵਲੋਗ 'ਚ। ਓਕੇ ਆ ਜੀ ਟੇਕ ਕੇਅਰ ਬਾਏ 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 ਬਾਏ।